ਸਰ, ਪਰਮਰਾਜ ਸਿੰਘ ਉਮਰਾ ਨੰਗਲ ਜੀ ਨੂੰ 26 ਫਰਵਰੀ 2019 ਤੋਂ ਸਸਪੈਂਡ ਕੀਤਾ ਗਿਆ ਸੀਗਾ ਜੀ, 3 ਅਲੱਗ ਅਲੱਗ ਮਾਮਲਿਆਂ 'ਚ, ਕੋਟਕਪੁਰਾ ਫਾਇਰਿੰਗ ਕੇਸ, ਬੈਬਲ ਕਲਾ ਫਾਇਰਿੰਗ ਕੇਸ ਅਤੇ ਲੁਧਿਆਣਾ ਡਰੱਗ ਕੇਸ ਦੇ ਵਿੱਚ 3 ਝੂਠੇ ਮਾਮਲੇ ਉਹਨਾਂ 'ਤੇ ਪਾਏ ਗਏ ਸੀਗੇ ਅਤੇ ਉਹ 5 ਸਾਲਾਂ ਤੋਂ ਸਸਪੈਂਡ ਚੱਲ ਰਹੇ ਸੀਗੇ ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਕੈਟ 'ਚ ਪਟੀਸ਼ਨ ਪਾਈ, ਉਹ ਆਪਣੇ 3 ਸਸਪੈਂਸ਼ਨ ਆਰਡਰ ਜਿਹਦੇ 'ਚ ਉਹਨਾਂ ਨੇ ਚੈਲੇਂਜ ਕੀਤੇ ਸੀ ਅਤੇ ਉਹ ਪਟੀਸ਼ਨ ਡਿਸਮਿਸ ਹੋ ਗਈ। ਉਸ ਤੋਂ ਬਾਅਦ ਹਾਈ ਕੋਰਟ 'ਚ ਉਹਨਾਂ ਨੇ ਪਟੀਸ਼ਨ ਪਾਈ ਸੀਗੀ, ਜਿਹਦੇ ਵਿੱਚ ਮੇਨ ਗਰਾਊਂਡ ਸੀਗੇ ਨੰਬਰ 1 ਇਹ ਸੀਗਾ ਕਿ ਜੀ, ਇੱਕ ਸੈਂਟਰਲ ਰਿਵਿਊ ਕਮੇਟੀ ਹੁੰਦੀ ਹੈ ਜਿਹਨੇ ਪੀਰੀਓਡੀਕਲੀ ਸਸਪੈਂਸ਼ਨ ਆਰਡਰ ਨੂੰ ਰਿਵਿਊ ਕਰਨਾ ਹੁੰਦਾ ਐਵਰੀ 60 ਡੇਜ਼। ਪੰਜਾਬ ਸਰਕਾਰ ਨੇ ਉਹਦਾ ਤਾਂ ਕੁਛ ਨਹੀਂ ਕੀਤਾ, ਆਲ ਪ੍ਰੋਸੀਜਰਸ ਅਸਟੈਬਲਿਸ਼ ਬਾਏ ਲਾਅ ਵਰ ਵਾਇਲੇਟਡ। ਅਤੇ ਦੂਜਾ ਇਹ ਸੀਗਾ ਜੀ, ਆਲ ਦਾ ਸਸਪੈਂਸ਼ਨ ਆਰਡਰਸ ਆਰ ਪੋਲੀਟੀਕਲੀ ਪੋਲੀਟੀਕਲੀ ਮੋਟੀਵੇਟਡ। ਹੁਣ ਇੱਕ ਇਲੈਕਸ਼ਨਸ ਦੇ ਵਿੱਚ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ ਜੀ, ਬੇਅਦਬੀ ਦੇ ਦੋਸ਼ੀਆਂ ਨੂੰ ਅਸੀਂ ਸਜ਼ਾ ਦੇਣੀ ਹੈ, ਉਹਦੇ ਵਿੱਚ ਇਹ ਸਕੇਪਗੋਟ ਬਣ ਗਏ ਸੀਗੇ। ਹੁਣ ਨਾ ਇਹ ਬੇਅਦਬੀ ਦੇ ਦੋਸ਼ੀ ਹੈ ਤਾਂ ਫਾਇਰਿੰਗ ਕੇਸ ਦੇ ਦੋਸ਼ੀ ਸੀਗੇ ਜੋ ਇਹਨਾਂ 'ਤੇ ਝੂਠਾ ਮਾਮਲਾ ਪਾਇਆ ਗਿਆ ਸੀਗਾ, ਅਤੇ ਇਹ ਸਾਰੀ ਕੰਟੈਂਸ਼ਨਸ ਅਸੀਂ ਹਾਈ ਕੋਰਟ ਦੇ ਸਾਹਮਣੇ ਰੱਖੀਆਂ ਸੀਗੀਆਂ ਅਤੇ ਇਹਨਾਂ ਨੂੰ ਹੁਣ ਬਹਾਲ ਕਰਨ ਦੇ ਆਦੇਸ਼ ਦੇ ਦਿੱਤੇ ਗਏ ਆ ਅਤੇ ਸਸਪੈਂਸ਼ਨ ਆਰਡਰ ਸੈੱਟ ਅਸਾਈਡ ਕਰ ਦਿੱਤਾ ਗਿਆ। ਕਿੰਨੇ ਦਿਨਾਂ 'ਚ, ਕਿਉਂਕਿ ਹਲੇ ਡਿਟੇਲ ਆਰਡਰ ਲਿਆ, ਹਜੇ ਡਿਟੇਲ ਆਰਡਰ ਆਇਆ ਨਹੀਂ ਹੈਗਾ ਜੀ, ਅਤੇ ਵੀ ਆਰ ਵੇਟਿੰਗ ਫੋਰ ਦਾ ਡਿਟੇਲ ਆਰਡਰ। ਸਰ, ਅਡੀਸ਼ਨਲ ਗਰਾਊਂਡਸ ਇਹ ਸੀਗੇ ਕਿ ਸਸਪੈਂਸ਼ਨ ਆਰਡਰਸ ਪੋਲੀਟੀਕਲੀ ਮੋਟੀਵੇਟਡ ਆ, ਤੁਸੀਂ ਇੱਕ IPS ਆਫਿਸਰ ਨੂੰ ਇਨਡੈਫੀਨੇਟ ਪੀਰੀਅਡ ਲਈ ਸਸਪੈਂਡ ਨਹੀਂ ਰੱਖ ਸਕਦੇ, 5 ਸਾਲ ਤੋਂ ਸਸਪੈਂਡ ਚੱਲ ਰਹੇ ਸੀਗੇ, ਇੱਕ ਵੀ ਉਹਨਾਂ ਦੇ ਅਗੇਂਸਟ ਆਰਡਰ ਨਹੀਂ ਆਇਆ, ਇੱਕ FIR 'ਚ ਆਲਰੇਡੀ ਉਹ ਡਿਸਚਾਰਜ ਹੋ ਚੁੱਕੇ ਆ ਅਤੇ ਉਹਨਾਂ ਦੇ ਇਨਕੁਆਇਰੀ ਵੀ ਖਤਮ ਹੋ ਚੁੱਕੀ ਹੈ, ਇੱਕ ਵੀ ਐਡਵਰਸ ਆਰਡਰ ਨਹੀਂ ਉਹਨਾਂ ਦੇ ਅਗੇਂਸਟ ਆਇਆ ਅਤੇ ਤੁਸੀਂ ਇਨਡੈਫੀਨੇਟਲੀ ਕਿਸੇ IPS ਆਫਿਸਰ ਨੂੰ ਨਹੀਂ ਰੱਖ ਸਕਦੇ ਅੰਡਰ ਸਸਪੈਂਸ਼ਨ। ਸਰ, ਪਰਮਰਾਜ ਸਿੰਘ ਉਮਰਾ ਨੰਗਲ ਜੀ ਨੂੰ 26 ਫਰਵਰੀ 2019 ਤੋਂ ਸਸਪੈਂਡ ਕੀਤਾ ਗਿਆ ਸੀਗਾ ਜੀ, 3 ਅਲੱਗ ਅਲੱਗ ਮਾਮਲਿਆਂ 'ਚ, ਕੋਟਕਪੁਰਾ ਫਾਇਰਿੰਗ ਕੇਸ, ਬੈਬਲ ਕਲਾ ਫਾਇਰਿੰਗ ਕੇਸ ਅਤੇ ਲੁਧਿਆਣਾ ਡਰੱਗ ਕੇਸ ਦੇ ਵਿੱਚ 3 ਝੂਠੇ ਮਾਮਲੇ ਉਹਨਾਂ 'ਤੇ ਪਾਏ ਗਏ ਸੀਗੇ ਅਤੇ ਉਹ 5 ਸਾਲਾਂ ਤੋਂ ਸਸਪੈਂਡ ਚੱਲ ਰਹੇ ਸੀਗੇ ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਕੈਟ 'ਚ ਪਟੀਸ਼ਨ ਪਾਈ, ਉਹ ਆਪਣੇ 3 ਸਸਪੈਂਸ਼ਨ ਆਰਡਰ ਜਿਹਦੇ 'ਚ ਉਹਨਾਂ ਨੇ ਚੈਲੇਂਜ ਕੀਤੇ ਸੀ ਅਤੇ ਉਹ ਪਟੀਸ਼ਨ ਡਿਸਮਿਸ ਹੋ ਗਈ। ਉਸ ਤੋਂ ਬਾਅਦ ਹਾਈ ਕੋਰਟ 'ਚ ਉਹਨਾਂ ਨੇ ਪਟੀਸ਼ਨ ਪਾਈ ਸੀਗੀ, ਜਿਹਦੇ ਵਿੱਚ ਮੇਨ ਗਰਾਊਂਡ ਸੀਗੇ ਨੰਬਰ 1 ਇਹ ਸੀਗਾ ਕਿ ਜੀ, ਇੱਕ ਸੈਂਟਰਲ ਰਿਵਿਊ ਕਮੇਟੀ ਹੁੰਦੀ ਹੈ ਜਿਹਨੇ ਪੀਰੀਓਡੀਕਲੀ ਸਸਪੈਂਸ਼ਨ ਆਰਡਰ ਨੂੰ ਰਿਵਿਊ ਕਰਨਾ ਹੁੰਦਾ ਐਵਰੀ 60 ਡੇਜ਼। ਪੰਜਾਬ ਸਰਕਾਰ ਨੇ ਉਹਦਾ ਤਾਂ ਕੁਛ ਨਹੀਂ ਕੀਤਾ, ਆਲ ਪ੍ਰੋਸੀਜਰਸ ਅਸਟੈਬਲਿਸ਼ ਬਾਏ ਲਾਅ ਵਰ ਵਾਇਲੇਟਡ। ਅਤੇ ਦੂਜਾ ਇਹ ਸੀਗਾ ਜੀ, ਆਲ ਦਾ ਸਸਪੈਂਸ਼ਨ ਆਰਡਰਸ ਆਰ ਪੋਲੀਟੀਕਲੀ ਪੋਲੀਟੀਕਲੀ ਮੋਟੀਵੇਟਡ। ਹੁਣ ਇੱਕ ਇਲੈਕਸ਼ਨਸ ਦੇ ਵਿੱਚ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ ਜੀ, ਬੇਅਦਬੀ ਦੇ ਦੋਸ਼ੀਆਂ ਨੂੰ ਅਸੀਂ ਸਜ਼ਾ ਦੇਣੀ ਹੈ, ਉਹਦੇ ਵਿੱਚ ਇਹ ਸਕੇਪਗੋਟ ਬਣ ਗਏ ਸੀਗੇ। ਹੁਣ ਨਾ ਇਹ ਬੇਅਦਬੀ ਦੇ ਦੋਸ਼ੀ ਹੈ ਤਾਂ ਫਾਇਰਿੰਗ ਕੇਸ ਦੇ ਦੋਸ਼ੀ ਸੀਗੇ ਜੋ ਇਹਨਾਂ 'ਤੇ ਝੂਠਾ ਮਾਮਲਾ ਪਾਇਆ ਗਿਆ ਸੀਗਾ, ਅਤੇ ਇਹ ਸਾਰੀ ਕੰਟੈਂਸ਼ਨਸ ਅਸੀਂ ਹਾਈ ਕੋਰਟ ਦੇ ਸਾਹਮਣੇ ਰੱਖੀਆਂ ਸੀਗੀਆਂ ਅਤੇ ਇਹਨਾਂ ਨੂੰ ਹੁਣ ਬਹਾਲ ਕਰਨ ਦੇ ਆਦੇਸ਼ ਦੇ ਦਿੱਤੇ ਗਏ ਆ ਅਤੇ ਸਸਪੈਂਸ਼ਨ ਆਰਡਰ ਸੈੱਟ ਅਸਾਈਡ ਕਰ ਦਿੱਤਾ ਗਿਆ। ਕਿੰਨੇ ਦਿਨਾਂ 'ਚ, ਕਿਉਂਕਿ ਹਲੇ ਡਿਟੇਲ ਆਰਡਰ ਲਿਆ, ਹਜੇ ਡਿਟੇਲ ਆਰਡਰ ਆਇਆ ਨਹੀਂ ਹੈਗਾ ਜੀ, ਅਤੇ ਵੀ ਆਰ ਵੇਟਿੰਗ ਫੋਰ ਦਾ ਡਿਟੇਲ ਆਰਡਰ। ਸਰ, ਅਡੀਸ਼ਨਲ ਗਰਾਊਂਡਸ ਇਹ ਸੀਗੇ ਕਿ ਸਸਪੈਂਸ਼ਨ ਆਰਡਰਸ ਪੋਲੀਟੀਕਲੀ ਮੋਟੀਵੇਟਡ ਆ, ਤੁਸੀਂ ਇੱਕ IPS ਆਫਿਸਰ ਨੂੰ ਇਨਡੈਫੀਨੇਟ ਪੀਰੀਅਡ ਲਈ ਸਸਪੈਂਡ ਨਹੀਂ ਰੱਖ ਸਕਦੇ, 5 ਸਾਲ ਤੋਂ ਸਸਪੈਂਡ ਚੱਲ ਰਹੇ ਸੀਗੇ, ਇੱਕ ਵੀ ਉਹਨਾਂ ਦੇ ਅਗੇਂਸਟ ਆਰਡਰ ਨਹੀਂ ਆਇਆ, ਇੱਕ FIR 'ਚ ਆਲਰੇਡੀ ਉਹ ਡਿਸਚਾਰਜ ਹੋ ਚੁੱਕੇ ਆ ਅਤੇ ਉਹਨਾਂ ਦੇ ਇਨਕੁਆਇਰੀ ਵੀ ਖਤਮ ਹੋ ਚੁੱਕੀ ਹੈ, ਇੱਕ ਵੀ ਐਡਵਰਸ ਆਰਡਰ ਨਹੀਂ ਉਹਨਾਂ ਦੇ ਅਗੇਂਸਟ ਆਇਆ ਅਤੇ ਤੁਸੀਂ ਇਨਡੈਫੀਨੇਟਲੀ ਕਿਸੇ IPS ਆਫਿਸਰ ਨੂੰ ਨਹੀਂ ਰੱਖ ਸਕਦੇ ਅੰਡਰ ਸਸਪੈਂਸ਼ਨ।